हाँ जी, सत श्री अकाल जी सारा, वेलकम बैक टू चैनल गाइस। की हाल चाल सारा ने, उम्मीद करते हैं हरे वधिया होवोंगे। सत श्री अकाल करो जी, इधर जाके ओए। सत श्री अकाल जी, अज आप चलने बहुत ही खास जगह, बहुत ही मणि की फेवरेट सिटी पेरिस। मेरे वीरे ओ किन्ने घंटे दा राह? 15 घंटे 52 मिनट दा राह हैगा। एक मिनट रुको, मेरे शाम दे बज चुके आ 6 ते हुण असीं तुरे आ। पिंदर लिया पैटियां अपने खान पीन चाह। आप लिया आलू वाले परौंठे, मॉन्स्टर मॉन्स्टर मैं पीना। स्विस दे बॉर्डर ते पहुंच चुके हैं। स्विस आपां एंटर कर चुके हैं। अज मेरा चेकिंग चल रही है न्यू ईयर करके, मेरे हिसाब नाल तां करके लाइन लगी हुई है। ते चलो मैं बेल्ट लाना, सीट बेल्ट पिछे भी हुण लाउणी जरूरी है। ਤੁਹਾਨੂੰ ਹੁਣ ਫਰਾਂਸ ਦਾ ਬਾਰਡਰ ਦਿਖਾਵਾਂਗੇ। ਹਾਂ, ਹੈਗਾ ਸਵਿਸ ਦਾ ਬਾਰਡਰ, ਇਟਲੀ ਟੂ ਸਵਿਸ। ਤੇ ਇੱਥੇ ਆਪਾਂ ਨੂੰ ਆਟੋ ਫ੍ਰੀ ਆ, ਇੱਥੇ ਆਟੋ ਫ੍ਰੀ ਆ ਕਿਉਂਕਿ ਉਹ ਆਪਣੀ ਪਾਰਟੀ ਲੱਗੀ ਹੋਈ ਆ। ਤੁਹਾਨੂੰ ਪਤਾ ਸਵਿਸ ਤਾਂ ਆਪਾਂ ਆਉਂਦੇ ਹੀ ਰਹਿੰਦੇ ਆ, ਸਵਿਸ ਦੋ ਤਿੰਨ ਵਾਰ ਆ ਗਏ। ਆਪਾਂ ਦੇਖ ਲੈ ਇਟਲੀ ਦੀ ਟੂਲ ਪਲਾਜ਼ੇ ਵਾਲੀ ਪਾਰਟੀ ਨਹੀਂ ਲਵਾਈ ਕਿਉਂਕਿ ਸਵਿਸ ਦੀ ਲੱਗੀ ਹੋਈ ਆ ਗੱਡੀ ਤੇ। ਤੇ ਚਲੋ ਹੁਣ ਫਰਾਂਸ ਦੀ ਦਿਖਾਵਾਂਗੇ ਤੁਹਾਨੂੰ। लो भी स्विट्जरलैंड री पहली ऑटो ग्रैल ते चल रहा करे, पैड़ियां दा लंगर। पता बाबे हुण आपां नूं पता लग गया वी इह बचत बहुत हुंदी आ पैसे दी। देखो जे इत्थे चाह पींदे नाल खांदे पींदे कुछ ਘੱਟੋ ਘੱਟ 30-40 ਯੂਰੋ ਲੱਗ ਜਾਣੇ ਸੀ। ਹੁਣ ਪਿੰਦਰ ਬਣਵਾ ਕੇ ਲਿਆਇਆ ਪੈਟੀਆਂ, ਬਹੁਤ ਸਾਰਾ ਧੰਨਵਾਦ ਪਿੰਦਰ ਦਾ। ਤੇ ਨਾਲ ਹੈਗੀ ਆ ਚਾਹ। ਹੁਣ ਆਹ ਦੇਖੋ ਪੈਟੀ, ਦੇਖੋ ਇੰਡੀਆ ਦੇ ਨਾਲ ਦੀ ਪੈਟੀ, ਮੈਂ ਤੁਹਾਨੂੰ ਖਾ ਕੇ ਦਿਖਾਉਣਾ। ਖਾ ਕੇ ਦਿਖਾਉਣਾ। ਓ ਮਾਈ ਗੋਡ, ਵੈਰੀ ਟੇਸਟੀ, ਨਾਟ ਰੋਲ ਵੀ ਆ। ਚਲੋ ਫਿਰ ਤੇ ਬਾਲੀਆਂ ਅਗਲੇ ਪੰਜ ਲੈਣੀਆਂ। ਮੈਂ ਹੁਣ ਖਾ ਕੇ ਇਹ ਕਹਿ ਕੇ ਤੂੰ ਮੁੜ ਕੇ ਫਿਰ ਕਹਿੰਦਾ ਫੋਨ ਆਨ ਕਰ ਲਾ। ਯਾਰ ਦੋ ਬਲੌਗ ਕਰ ਦਾਂਗੇ, ਆਪਣੇ ਭਾਈ ਆ ਹਰੇ ਦੇਖ ਲੈਣਾ, ਵਿੱਚ ਗੁਰੀ ਦੀਆਂ ਭੈਣਾਂ ਵੀ ਆ। ਸਹੀ ਆ। ਲੋ ਵੀ ਮਣੀ ਬਾਈ ਘਟਾਈ ਕਰਾਂ। ਕਹਿੰਦੇ ਮੇਰੇ ਵੀਰੇ ਉਹ ਜਾਣਤਾ ਪਈ ਆ ਸੁੱਤੀ, ਗੁਰੀ ਪੂਰੀ ਨੀਂਦ ਘੁੱਟ ਕੇ ਅੜਿਆ ਤੇ ਅਸੀਂ ਫਰਾਂਸ ਦੇ ਬਾਰਡਰ ਤੇ ਪਹੁੰਚ ਚੁੱਕੇ ਆ। ਇਹ ਮੇਰੇ ਵੀਰੇ ਫਰਾਂਸ ਫਰਾਂਸ ਐਂਟਰ ਕਰ ਗਏ, ਦੇਖੋ ਫਰਾਂਸ ਐਂਟਰ ਕਰ ਚੁੱਕੇ ਆ। ਹੁਣ ਕਿੰਨੇ ਕਿੰਨੇ ਕਿਲੋਮੀਟਰ ਰਹਿ ਗਏ? 500 ਕਿਲੋਮੀਟਰ ਰਹਿੰਦਾ ਹਜੇ ਵੀ, ਅੱਧੀ ਵਾਟ ਕੱਢ ਲਈ, ਅੱਧੀ ਵਾਟ ਰਹਿ ਗਈ। 5 ਘੰਟੇ 24 ਮਿੰਟ ਕਹਿੰਦੇ ਆ। ਕਿਆ ਬਾਤ ਹੈ, ਕਿਆ ਬਾਤ ਹੈ। ਚਲੋ पार्किंग ला चुके हैं, बंदे हो चुके ने फिट। देखो क्या है बंदे फिट हो चुके हैं। पार्किंग आप लाती पैरिस हूँ किन्ने इतों मैट्रो से आना? मैट्रो जावे इतों दिखाने थोनों, हजे सानू भी कौन नहीं पता, अभी नैट से कट के देखते हैं। एफलो टावर अभी देख लिया, एफल टावर अभी देख लिया, थोनों भी दिखाने। आज इधर टिकट दिखा, टिकट पहला ਸਾਡੇ ਨਾਲ ਕਲੋਲ ਹੋ ਗਈ। ਅਸੀਂ 2-3 ਮੈਟਰੋ ਦੇ ਸਟੇਸ਼ਨ ਲੰਘੇ, ਹੁਣ ਪਤਾ ਲੱਗਾ ਵੀ ਐਨਕਾ ਤਾਂ ਗੱਡੀ ਚੱਲੇਗੀ। ਇਹ ਤਾਂ ਬਸ ਜਮਾ ਉਹ ਕੰਮ ਹੋ ਗਿਆ। ਦੇਖੋ ਪਿੰਦਰ ਉੱਥੇ ਰੌਲਾ ਪਾਉਣ ਲੱਗ ਗਿਆ, ਉੱਧਰ ਕਿੱਧਰ ਨੂੰ ਜਾਣਾ, ਕੀ ਕਰਨਾ, ਐਨਕਾ ਚੱਕੀ ਆਣੀ ਕਿਸੇ ਨੇ ਬਬਲ ਗੰਮਾ ਚੱਕੀ ਫਿਰਦੇ ਆ। ਹੁਣ ਐਨਕਾ ਲੈਣ ਸਾਨੂੰ ਵਾਪਸ ਜਾਣਾ ਪੈਣਾ ਗਾ। ਚੱਲਿਆ ਗੁਰੀ ਕਹਿੰਦਾ ਮੇਰੇ ਤਾਂ ਫੋਟੋ ਨਹੀਂ ਵਧੀਆ ਆਉਣੀ। ਜੂਨੋ ਜਿੱਦਾਂ ਕਿ ਬਹੁਤ ਹੀ ਮਹਿੰਗੀ ਐਨਕਾ ਨੇ, 5-5 ਹਜ਼ਾਰ ਵਾਲੀ ਐਨਕਾ ਤੁਹਾਡੇ ਕੋਲੇ, ਨਵੀਆਂ ਲੈ ਲਾਂਗੇ ਛੱਡੋ ਪਰੇ।
ਹੁਣ ਗੱਡੀ 'ਚ ਵਾਪਸ ਜਾਵਾਂਗੇ ਜਾ ਯਾਰ ਚਲੋ ਫਿਰ ਚੱਲੀਏ ਵਾਪਸ ਪਾਸ ਲੈਂਦੇ ਵੀਰੇ ਜਿੱਦਾਂ ਕਿ ਗਾਈਸ ਆ ਐਣਕਾਂ ਪਿੱਛੇ ਸਾਡਾ ਗੇੜਾ ਲੱਗਿਆ ਤੇ ਪਿੰਦਰ ਡਿੱਗ ਵੀ ਚੁੱਕਿਆ ਗਿਆ ਐਣਕਾਂ ਪਿੱਛੇ ਹੁਣ ਪੈਂਟ ਜੀ ਗਿੱਲੀ ਕਰੀ ਫਿਰਦਾ ਗਾ ਮੁੜੀ ਉਧਰ ਨੂੰ ਬਹੁਤ ਤਲਕਦੇ ਆ ਚੱਲ ਕੋਈ ਚੱਕਰ ਚੱਲ ਚੱਲੀਏ ਫਿਰ ਦਵਾ ਦਵਾ ਆ ਪੇਂਟਿੰਗਾਂ ਜੀਆਂ ਬਣਾਈਆਂ ਪਈਆਂ ਸਾਨੂੰ ਨਹੀਂ ਪਤਾ ਕਦੋਂ ਬਣਾਈਆਂ ਨੇ ਪਰ ਤੇ ਲੜਾਈ ਹੋ ਰਹੀ ਹੈ ਆਪਾਂ ਹੁਣ ਚੱਲੇ ਆ ਲੋਵਰ ਮਿਊਜ਼ੀਅਮ ਜੇ ਮੈਂ ਪ੍ਰੋਨਾਂਸੀਏਸ਼ਨ ਸਹੀ ਕਰ ਰਿਹਾ ਲੋਵਰ ਹੀ ਆ ਸ਼ਾਇਦ ਕਿਉਂਕਿ ਜਿੱਥੇ ਫ੍ਰੈਂਚ ਦੇ ਵਿੱਚ ਯਾਰ ਅਜੀਬ ਜੇ ਨਾਮ ਹੁੰਦੇ ਨੇ ਪਹਿਲਾਂ ਮੈਨੂੰ ਲੱਗਦਾ ਸੀ ਵੀ ਇਟਾਲੀਅਨ ਔਖੀ ਆ ਪਰ ਮੈਨੂੰ ਅੱਜ ਪਤਾ ਲੱਗ ਗਿਆ ਵੀ ਫ੍ਰੈਂਚ ਇਟਾਲੀਅਨ ਦੇ ਬਹੁਤ ਔਖੀ ਆ ਜਿੱਦਾਂ ਕਦੇ ਦੋਸਤ ਦੇਖ ਸਕਦੇ ਹੋ ਲੋਕ ਸੜਕਾਂ 'ਤੇ ਸੁੱਤੇ ਪਏ ਨੇ ਗਾਹ ਚੱਲੋ ਲੋਵਰ ਮਿਊਜ਼ੀਅਮ ਦੇ ਸਾਹਮਣੇ ਮਿਊਜ਼ੀਅਮ ਦੇ ਪਰ ਹਜੇ 8:30 ਹੋਏ ਆ 9 ਵਜੇ ਖੁੱਲਣਾ ਇਹ ਚੈੱਕ ਕਰਦੇ ਸਾਨੂੰ ਐਸੀ ਲੈਣ ਲੱਗ ਜਾਂਦੀਆਂ ਕਹਿੰਦੇ ਨੇ ਮੂਹਰੇ ਚੈੱਕ ਲੈਣ ਨੂੰ ਵੀ ਸਾਜਰੇ ਸਾਜਰੇ ਦੇਖ ਲਈ ਟੈਕਟ ਲੈ ਕੇ ਕਿਉਂਕਿ ਫਿਰ ਸ਼ਾਮ ਨੂੰ ਤੁਹਾਨੂੰ ਪਤਾ ਤੇ ਪੈਰਿਸ ਯਾਰ ਉਦਾਂ ਸੋਹਣਾ ਬਹੁਤਾ ਵਾਰ ਲੋਕਾਂ ਨੇ ਗੰਦ ਪਾਇਆ ਪਿਆ ਥਾਂ ਹਟ ਗਿਆ ਦੇਖੋ ਇੱਧਰ ਬਣੀ ਦਿਖਾ ਜਾਓ ਤਿੰਨੇ ਦਿਖਾਵਾਂ ਤੁਹਾਨੂੰ ਨਿਕਲ ਕੇ ਬਿਲਡਿੰਗਾਂ ਬੁਲਡਿੰਗਾਂ ਬਹੁਤ ਘੈਂਟ ਬਣਿਆ ਪਤਾ ਕਰਨ ਨਾਲੇ ਪੁਰਾਣਾ ਇੰਨਾ ਪੁਰਾਣੇ ਸਾਜਰੇ ਆਏ ਹਜੇ ਖੁੱਲਿਆ ਵੀ ਨਹੀਂ ਹੈਗਾ ਤਾਂ ਵੀ ਲੈਣ ਦੇਖੋ ਜਿੱਦਾਂ ਘੰਟਾ ਪਿਆ ਦੇਖ ਲੈ ਲੈਣ ਖੁੱਲਣ ਤਾਂ ਵੀ ਨਹੀਂ ਲੈਣ ਲੱਗੇ ਪਿੱਛੇ ਲੱਗੀ ਜਾਂਦਾ ਚੱਲੋ 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 ਤੁਸੀਂ ਤਾਂ ਦੇਖਣਾ ਨਹੀਂ ਹੈ ਨਾ ਪੇਂਟਿੰਗ ਅਸੀਂ ਲੈਣ ਚ ਕਾਹਨੂੰ ਲੱਗਿਆ ਜੇ ਪੇਂਟਿੰਗ ਜਾਓ ਫਿਰ ਬਾਹਰ ਤੇ ਫੋਟੋਆਂ ਇੱਥੇ ਤੇ ਇੱਥੇ ਕਿਹੜੀਆਂ ਫੋਟੋਆਂ ਆ ਅੱਜ ਰਾਤ ਨੂੰ ਜਿਹੜਾ ਫੈਸਟੀਵਲ ਮਨਾਉਣਾ ਉਹਦੀ ਖਾਤਰ ਪ੍ਰਬੰਧ ਕੀਤਾ ਜਾ ਰਿਹਾ ਫੈਸਟੀਵਲ ਨਹੀਂ ਨਿਊ ਈਅਰ ਉਹੀ ਹੋ ਗਿਆ ਫੈਸਟੀਵਲ ਹੀ ਹੋਇਆ ਲੈਨ ਚੈੱਕ ਕਰੋ ਅਸੀਂ ਤਾਂ ਉਹੀ ਲੈਨ ਸਮਝਦੇ ਸੀ ਇੱਥੋਂ ਕਿਤੇ ਵੜ ਜਾਣਾ ਉਧਰੋਂ ਆਉਂਦੀ ਆ ਉੱਥੋਂ ਆਉਂਦੀ ਆ ਫਿਰ ਇੱਧਰ ਤੋਂ ਆਉਂਦੀ ਆ ਇੱਥੇ ਅਸੀਂ ਖੜੇ ਆ ਇੱਥੇ ਜਾ ਕੇ ਪਤਾ ਨਹੀਂ ਕਿੱਥੇ ਤੱਕ ਮੁੱਕਦੀ ਆ ਇਹ ਮਿਊਜ਼ੀਅਮ ਨੂੰ ਦੇਖਣ ਨੂੰ ਲੈਣ ਮੈਂ ਨਾ ਨਵਾਂ ਸਾਲ ਕਰਕੇ ਇੰਨਾ ਇਕੱਠਾ ਬਾਈ ਜੀ ਜਿਹਨੇ ਵੀ ਮਿਊਜ਼ੀਅਮ ਆਉਣਾ ਔਨਲਾਈਨ ਟਿਕਟ ਬੁੱਕ ਕਰਕੇ ਆਇਆ ਹੋਇਆ ਆਪਦੀ ਸਾਨੂੰ 1.5 ਘੰਟਾ ਹੋ ਗਿਆ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ ਲੈਣ 'ਚ ਮੈਨੂੰ ਲੱਗਦਾ ਮੈਂ 1.5 ਘੰਟਾ ਹੋਰ ਟਿਕਣਾ ਜੇ ਅਸੀਂ ਨਾ ਅੰਦਰ ਬੜੇ ਫਿਰ ਨਹੀਂ ਅਸੀਂ ਜਾਣਾ ਹੈਗਾ ਮਿਊਜ਼ੀਅਮ 'ਚ ਅੰਦਰ ਅਸੀਂ 12ਵੀਂ ਫੋਟੋਆਂ ਖਿੱਚ ਕੇ ਤਾਂ 12ਵੀਂ ਮੁੜ ਜਾਣਾ ਹੈਗਾ ਫਿਰ ਉਹ ਆਉਂਦੇ ਆ ਤੁਰੇ ਬੰਦੇ ਆਪਣੇ ਉਹਦਾ ਟੱਕਰਾਂ ਟੁੱਕਰਾਂ ਮਾਰ ਕੇ ਆ ਗਿਆ ਉਹਨਾਂ ਨੂੰ ਮੈਂ ਤੁਰੇ ਮੈਂ ਮਿੰਤਾਂ ਮੁੰਤਾਂ ਕਰ ਲਓ ਉੱਥੇ ਕਿਸੇ ਦੀਆਂ ਜਾ ਕੇ ਵੀ ਕੋਈ ਆਪਾਂ ਨੂੰ ਮੂਹਰੇ ਸ਼ੀਟ ਦੇ ਦੇਵੇ ਪਰ ਨਹੀਂ ਚੱਲੀਆਂ ਨਹੀਂ ਮਿੰਤ ਇੱਥੇ ਛੱਡ ਕੇ ਗਏ ਸੀ ਇੱਥੇ ਹੀ ਆ ਰਹੇ ਆ ਉਹ ਬਸ ਇਹ ਕਹਿਣਾ ਚਾਹਾਂਗੇ 2 ਘੰਟੇ ਲਾਈਨ 'ਚ ਖੜੇ ਆ 3 ਘੰਟੇ ਹੋ ਗਏ ਲਾਈਨ 'ਚ ਖੜਿਆ ਨੂੰ ਲਾਈਨ ਵਾਲੇ ਅੱਧ 'ਚ ਵੀ ਨਹੀਂ ਆਈ ਹੈਗੀ ਹਜੇ ਜਿਹੜੇ ਲੋਕ ਜਮਾਂ ਪਿੱਛੇ ਖੜੇ ਮੰਨ ਲਾ ਉਹ ਤਾਂ ਮੁੜ ਜਾਣ ਫਿਰ ਸਾਨੂੰ ਕਹਿੰਦੇ ਤੁਹਾਡੀ ਵੀਰੇ 3 ਘੰਟਿਆਂ ਤੱਕ ਵਾਰੀ ਆਊਗੀ ਜਾਣੋ ਇਹ ਸਾਰਾ ਪੈਰਿਸ ਘੁੰਮ ਲੈਣਾ ਥੱਲੇ ਕੀ ਆ ਪੇਂਟਿੰਗ ਜਾਂ ਉਹਦੇ ਫੋਟੋ ਜਿਹੇ ਦੇਖ ਲੈਣਾ ਉਹ ਸਾਨੂੰ ਮਣੀ ਨੇ ਪੰਪ ਦੇ ਦੇ ਅਸੀਂ ਨਹੀਂ ਆਉਂਦੇ ਅੱਗੇ ਤੋਂ ਔਨਲਾਈਨ ਟਿਕਟ ਬੁੱਕ ਕਰਕੇ ਆਵਾਂਗੇ ਹਾਂ ਵੀਰੇ ਉਹ ਆ 3 ਦਿਨ ਪਹਿਲਾਂ ਔਨਲਾਈਨ ਟਿਕਟ ਬੁੱਕ ਹੁੰਦੀ ਆ ਪਹਿਲਾਂ ਹੀ ਕਰ ਲਓ ਆਪਦੇ ਔਨਲਾਈਨ ਵਾਲੇ ਆ ਜਾਂਦੇ ਆ ਦਿਖਾ ਮੜੇ ਜੇ ਆਪਣੀ ਮੇਨ ਜਿਹਨੂੰ ਦੇਖਣ ਲਈ ਲੋਕ ਪੈਰਿਸ ਵੱਧ ਤੋਂ ਵੱਧ ਆਉਂਦੇ ਨੇ ਅਸੀਂ ਵੀ ਤਾਂ ਹੀ ਪਹੁੰਚੇ ਹੋਏ ਹਾਂ ਟਾਵਰ ਵਾਲਾ ਰੋਮਾਂਟਿਕ ਸੀਨ ਕੁੜੇ ਕਿਹੜਾ ਕੀ ਸੀ ਉਹ ਕਦੇ ਨਾਲ ਦੇਖਣਾ ਟਾਵਰ ਵਾਲਾ ਰੋਮਾਂਟਿਕ ਸੀਨ ਕੁੜੇ ਲਾਈਵ ਪੇਂਟਿੰਗਾਂ ਬਣੀਆਂ ਜਾ ਰਹੀਆਂ ਨੇ ਆਪਾਂ ਉਹ ਨਹੀਂ ਬਣਵਾਉਣੀ ਹੈਗੀ ਆਪਣੀ ਕਿੱਥੇ ਬਹਿਣ ਲੱਗੇ ਹੁਣ ਬਾਬੇ ਸਪਾਰ ਵਾਲੇ ਚੰਡੋਲਾਂ ਦੇ ਬਹੁਤ ਬੈਠੇ ਉਹਦਾ ਜਦੋਂ ਅੱਧੇ ਹੀ ਹੁੰਦੇ ਇਹ ਤੇ ਬਹਿਣਾ ਪੈ ਸੀ ਦੂਰੋਂ ਤਾਂ ਮੈਨੂੰ ਨਿੱਕਾ ਜਿਹਾ ਲੱਗਦਾ ਬਹੁਤ ਉੱਚਾ ਭਰਾ ਵਾ ਸੋਚ ਲਓ ਗੁਰੀ ਸੁਣ ਲਓ ਬਾਈ ਮੈਂ ਤਾਂ ਬਹਿ ਜਾਣਾ ਮੇਰੀ ਟੈਨਸ਼ਨ ਨਾ ਲਓ ਗੁਰੀ ਪੱਤਣ ਨਾ ਜਾ ਕੇ ਗੁਰੀ ਵੀ ਨਹੀਂ ਬਾਹਰ ਜਾਂਦਾ ਥੱਲੇ ਨੂੰ ਦੇਖੋ ਆਪਾਂ ਮਿਊਜ਼ੀਅਮ ਨਹੀਂ ਦੇਖਿਆ ਜੀ ਕਿ ਉਧਰ ਵੀ ਇੰਨੀ ਟਾਈਟ ਲੱਗਣੀ ਹੋਈ ਇੱਥੇ ਲਾਉਣਾ ਨੇ ਸਾਰਾ ਸ਼ਹਿਰ ਦਿਖੂਗਾ ਯਾਰ ਉੱਥੇ ਕੀ ਮਣੀ ਨਾ ਪੇਂਟਿੰਗ ਦਿਖਾ ਕੇ ਮੋੜ ਲੈਣਾ ਜੀ ਉਹ ਇੱਕ ਪੇਂਟਿੰਗ ਸੀ ਉੱਥੇ 3-4 ਲੱਖ ਪੇਂਟਿੰਗਾਂ ਨੇ ਉਹ ਮਿਊਜ਼ੀਅਮ 'ਚ ਸੀਗੀ 15 ਐਰੋ 75 ਐਰੋ ਲਾ ਕੇ ਉੱਤੇ ਬਹਿ ਚੁੱਕਿਆ
ਨੀਵਾ ਐਫਲ ਟਾਵਰ ਦਾ ਪਤੋਂ ਪਤਾ ਨੀ ਕੀ ਚੀਜ਼ ਆ ਮਿੰਟ ਦੇ ਬਣ ਜਾਣ ਬਸ ਪਿਆਰ ਦੇਣਾ ਪਿਆਰ ਦੇਣਾ ਪਿਆਰ ਦੇਣਾ ਚੱਕ ਲੋ ਫਿਰ ਅੱਜ ਐਲਬੀ ਜਾਂ ਡੋਰ ਚੁੱਕ ਚੀਜ਼ ਆ ਇੰਡੀਆ ਗੇਟ ਕੋਲ ਪਹੁੰਚਣਾ ਲਿਆ ਪੈਰਿਸ ਗੇਟ ਯਾਰ ਤੁਸੀਂ ਕੀ ਗਏ ਮੁੰਡੇ ਗੇਟ ਆ ਤੇਰਾ ਗੇਟ ਦੇ ਮੂਹਰੇ ਜਿਹੜੀ ਨਾ ਸਟਰੀਟ ਆ ਇੱਥੇ ਸਾਰੇ ਬ੍ਰਾਂਡ ਨੇ ਜਿਵੇਂ ਕ੍ਰਿਸਚੀਅਨ ਡੋਰ ਲਾ ਲਓ ਬੋਸ ਲਾ ਲਓ ਐਲ ਬੀ ਲਾ ਲਓ ਮੋਂਕਲੇਅਰ ਸਨੈਲ ਗੁੱਚੀ ਸਟਰੀਟ ਸਾਰੀ ਸਟਰੀਟ 'ਚ ਬ੍ਰਾਂਡ ਹੀ ਬ੍ਰਾਂਡ ਨੇ ਜਿੰਨੀ ਆ ਜਾਂਦੀ ਹੈ ਤਕੜੇ ਤੋਂ ਤਕੜੇ ਜਿੰਨੇ ਮਹਿੰਗੇ ਕਹਿ ਸਕੋ ਸਾਰੇ ਪੈਰਿਸ ਦੇ ਬ੍ਰਾਂਡ ਆ ਹੈਗਾ ਪੂਰਾ ਗੇਟ ਪੈਰਿਸ ਦਾ ਇਹਦੇ ਉੱਤੇ ਵੀ ਜਾਇਆ ਜਾਂਦਾ ਜੇ ਕਿਸੇ ਨੇ ਜਾਣਾ ਹੋਵੇ ਪਰ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਟਿਕਟ ਅਜੇ ਵੀ ਔਨਲਾਈਨ ਹੀ ਬੁੱਕ ਕਰਕੇ ਆਵੇ ਇੱਥੇ ਭੀੜ ਦੇਖੋ ਇੱਥੇ ਗੇਟ ਪੂਰੇ ਕਹਿੰਦੇ ਬਾਬੇ ਉਹ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਆਉਣ ਦਾ ਸਾਡਾ ਪੂਰਾ ਹੱਕ ਸੀ ਕਿਉਂਕਿ ਬਹੁਤ ਟਾਈਮ ਜਿੱਥੇ ਦਾ ਟਾਵਰ ਮਸ਼ਹੂਰ ਹੈ ਅਲੱਗ ਆਪਦੀ ਅਮੀਰੀ ਦੀ ਵਾਈਬ ਜੀ ਦਿੰਦਾ ਇੱਕ ਇਹ ਗੱਲ ਹੈ ਹੁਣ ਤੋਂ ਨੇੜੇ ਜਾ ਕੇ ਦਿਖਾਉਂਦੇ ਆ ਵੀ ਜੰਗਾਲ ਲੱਗੀ ਹੋਈ ਆ ਕਿ ਨਹੀਂ ਬਾਬੇ ਉਹ ਬਾਬੇ ਉਹ ਪਿੰਦਰ ਕਹਿੰਦਾ ਕਹਿੰਦਾ ਵੀ ਟਾਵਰ ਦੇ ਉੱਤੇ ਜਾਣਾ ਮੈਂ ਟਾਵਰ ਮੂਹਰੇ ਲੈਣ ਬਹੁਤ ਵੱਡੀ ਹੋਊਗੀ ਉਹਦੇ ਨਾਲ ਵੀ ਵੱਡੀ ਹੋਊਗੀ ਇਹ ਕਹਿੰਦਾ ਕੀ ਪਤਾ ਖਾਲੀ ਹੋਵੇ ਮੈਂ ਜਿਹੜੇ ਸ਼ਹਿਰ 'ਚ 12 ਮੂਹਰੇ ਵੀ ਇੰਨੀਆਂ ਇੰਨੀਆਂ ਲੰਬੀਆਂ ਲੈ ਇਹਨਾਂ ਨੇ ਘੱਟੋ ਘੱਟ ਤੁਸੀਂ ਸੋਚੋ ਵੀ ਕੌਫੀ ਪੀਣ ਨੂੰ ਵੀ 12 ਮੂਹਰੇ ਲੈਣਾ ਲੱਗੇ ਹੋਏ ਜਿਹੜੇ ਕੌਫੀ ਸ਼ੌਪ ਕੀ ਕਰੇ ਜਾਂ ਕਈ ਕੌਫੀ ਮਸ਼ਹੂਰ ਨੇ ਇੱਥੇ ਦੇ ਜਿਹੜੇ ਇੰਸਟਾਗ੍ਰਾਮ ਤੇ ਆਉਂਦੇ ਰਹਿੰਦੇ ਆ ਮੈਂ ਨਾ ਜਾਣਦਾ ਲੈਣਾ ਮੰਨੀ ਖੜੀ ਹੁੰਦਾ ਪੂਰੇ ਮੀਟਰ ਦੀ ਲੈਣ ਦਾ ਉੱਥੇ ਇੱਥੇ ਦਾ ਮੈਨੂੰ ਲੱਗਦਾ ਇਹਨੂੰ ਸ਼ਹਿਰ ਤੋਂ ਬਾਹਰ ਨਿਕਲਣਾ ਪੈ ਜੇ ਲੈਣ ਉਹ ਹੀ ਤਾਂ ਗੱਲ ਉਹ ਪਹਿਲਾਂ ਸੁਣਿਆ ਸੀ ਨਾ ਕਹਿੰਦੇ ਮਨੀ ਕੈਨ ਬਾਏ ਹੈਪੀ ਕੈਨ ਕਹਿਣਾ ਹੈ ਬਾਏ ਹੈਪੀਨੈਸ ਹਬੀ ਬੀ ਕਮ ਟੂ ਦੁਬਈ ਅੱਜ ਪੈਰਿਸ ਆ ਕੇ ਪਤਾ ਲੱਗ ਗਿਆ ਦੁਬਈ ਦਾ ਤਾਂ ਪਤਾ ਨਹੀਂ ਕਮ ਟੂ ਪੈਰਿਸ ਜਦ ਤੁਸੀਂ ਲੂਈ ਵਟੋਨ ਹੋ ਗਿਆ ਡਿਓਰ ਹੋ ਗਿਆ ਇਹਨਾਂ ਦੇ ਸ਼ੋਰੂਮ ਮੂਹਰੇ ਲੈਣਾ ਦੇਖੋਗੇ ਨਾ ਤੁਹਾਨੂੰ ਪਤਾ ਲੱਗੂਗਾ ਚਲ ਆ ਜਾਓ ਇਹਨੂੰ ਪੁਲ ਤੋਂ ਵੀ ਦਿਖਾ ਦਿਓ ਕਿਹੋ ਜਿਹਾ ਜਿੰਦਾ ਇਹ ਦੋ ਲਿਫਟਾਂ ਜਾਂਦੀਆਂ ਇੱਕ ਇੱਥੇ ਦੀ ਜਾਂਦੀ ਹੈ ਲਿਫਟ ਇੱਕ ਉਧਰ ਦੀ ਜਾਂਦੀ ਹੈ ਲਿਫਟ ਤੇ ਪੌੜੀਆਂ ਵੀ ਜਾਂਦੀਆਂ ਨੇ ਟਿਕਟ ਵੀ ਪ੍ਰਾਈਜ਼ ਅੱਡਾ ਅੱਡਾ ਥੋੜਾ ਬਹੁਤਾ ਫਰਕ ਆ ਲਿਫਟ ਤੇ ਜਗਾਲ ਲੱਗੀ ਹੋਈ ਹੈ ਉਹ ਇਹਨੂੰ ਤੇ ਪਤਾ ਨੀ ਕਿੰਨੇ ਹਜ਼ਾਰ ਟਨ ਉਹ ਕੀਤਾ ਜਾਂਦਾ ਪੋਲਿਸ਼ ਤੇਲ ਹਰ ਇੱਕ ਸਾਲ ਮੈਂ ਪੜ੍ਹਿਆ ਸੀ ਕਹਿੰਦੇ ਕਿੰਨੇ ਹਜ਼ਾਰ ਟਨ ਤੇ ਹੁਣ ਅਸੀਂ ਫੋਟੋਆਂ ਵੀਡੀਓ ਸਾਰਾ ਕੁਝ ਕਰਦੇ ਹਾਂ ਇੰਸਟਾਗ੍ਰਾਮ ਤੇ ਕਰ ਲਿਓ ਫੋਲੋ ਜਸ ਅੰਡਰਸਕੋਰ ਸਿੱਧੂ 855 ਤੇ ਆਹ ਬਲੌਗ ਕਰਦੇ ਹਾਂ ਆਪਾਂ ਇੱਥੇ ਐਂਡ ਤੇ ਆਪਾਂ ਰਾਤ ਨੂੰ ਵੀ ਇੱਥੇ ਆ ਨਿਊ ਈਅਰ ਦਿਖਾਵਾਂਗੇ ਤੁਹਾਨੂੰ ਇੱਥੇ ਦਾ ਪਟਾਕੇ ਚੱਲਣਗੇ ਉਹ ਤੋਂ ਕਹਿੰਦੇ ਆ ਮਿਲਾਉਣ ਵਾਲੀ ਨਾ ਹੋ ਸਾਡੇ ਨਾਲ ਕੇਰਾਂ ਮਿਲਾਉਣਗੇ ਉੱਥੇ ਚੱਲੇ ਨਹੀਂ ਪਟਾਕੇ ਤੇ ਅਗਲਾ ਬਲੌਗ ਦੇਖ ਲਿਓ ਆਹ ਬਲੌਗ ਟਿਲ ਦੈਨ ਬਾਏ ਬਾਏ ਓਕੇ